ਹਾਂਜੀ ਸਬਸਕ੍ਰਾਈਬ ਕਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜਟਾਂ ਦਾ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਲਾਲ ਬਟਨ ਦੇ ਕਰਕੇ ਕਲਿੱਕ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਜਰੂਰ ਕਰਨਾ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਜੁੜੇ ਰਹੋ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ ਥੈਂਕ ਯੂ ਵੈਰੀ ਮਚ ਹਾਂਜੀ ਸਬਸਕ੍ਰਾਈਬ ਕਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜਟਾਂ ਦਾ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਵੀਰੇ ਆਪਣਾ ਹੈਲਪ ਲਾਈਨ ਨੰਬਰ ਕਰ ਲੋ ਨੋਟ ਅਨਿਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਜੇ ਕਿਸੇ ਮੇਰੇ ਬੀਜ ਨੇ ਕੋਈ ਖੇਤੀ ਵਾਲਾ ਸੰਦ ਹਾਲ ਤਵਿਆਂ ਡਿੱਕਟਰ ਟਰਾਲੀ ਜਾਂ ਕੋਈ ਵੀ ਮਸ਼ੀਨਰੀ ਬ੍ਰੇਕ ਕਾਰ ਜੀਪ ਗੱਡੀ ਸੇਲ ਕਰਨੀ ਹੈ ਤਾਂ ਉਸ ਦੀਆਂ 5-7 ਫੋਟੋਆਂ ਨਾਲ ਹੀ ਦ ਲੋਡਿੰਗ ਦੀ ਜਾਣਕਾਰੀ ਆਪਣੇ ਇਸ ਨੰਬਰ ਤੇ ਵਟਸਐਪ ਕਰ ਦਿਓ ਆਪਾਂ ਤੁਹਾਡੀ ਐਡ ਆਪਣੇ ਚੈਨਲ ਜਟਨ ਜਹਾਜ ਤੇ ਕਰ ਦੇਵਾਂਗੇ ਬਿਲਕੁਲ ਫ੍ਰੀ ਐਡ ਹੈ ਵੀਰੇ ਕੋਈ ਕਮਿਸ਼ਨ ਨਹੀਂ ਆਪਣਾ ਸੋ ਇੱਕ ਰਿਕਵੈਸਟ ਹੈ ਵੀਰੇ ਜੋ ਕੋ ਮੇਰਾ ਵੀਰ ਐਡ ਕਰਵਾਉਣੀ ਆਪਾਂ ਨੂੰ ਮਸ਼ੀਨਰੀ ਸੈਂਡ ਕਰੂਗਾ ਤਾਂ ਆਪਣੀ ਚੀਜ਼ ਦਾ ਜੋ ਰੇਟ ਹੈ ਪ੍ਰਾਈਸ ਹੈ ਉਹ ਮਾਰਕੀਟ ਵੈਲਿਊ ਦੇ ਸਾਬ ਨਾਲ ਰੱਖੋ ਤੇ ਸਹੀ ਜਾਣਕਾਰੀ ਦਿਓ ਵੀਰੇ ਸੁਭਰੇ ਬਹੁਤ ਜੀ ਵੀਰਾਂ ਦੀ ਕੰਪਲੇਂਟ ਆਉਂਦੀ ਹੈ ਮੈਸੇਜ ਆਉਂਦੇ ਨੇ ਕਮੈਂਟਸ ਆਉਂਦੇ ਨੇ ਵੀ ਵੀਡੀਓ ਦੇ ਵਿੱਚ ਰੇਟ ਜਿਆਦਾ ਰੱਖਿਆ ਗਿਆ ਸੋ ਉਸ ਦੇ ਰਿਗਾਰਡਿੰਗ ਦੱਸਣ ਲੱਗੇ ਵੀਰੇ ਜੋ ਕੋਈ ਵੀਡੀਓ ਦੇ ਵਿੱਚ ਰੇਟ ਰੱਖਿਆ ਗਿਆ ਹੁੰਦਾ ਹੈ ਉਹ ਸਿਰਫ ਮਾਲਕ ਵੀਰਾਂ ਵੱਲੋਂ ਰੱਖੀ ਗਈ ਇੱਕ ਡਿਮਾਂਡ ਹੁੰਦੀ ਹੈ ਜੋ ਪ੍ਰਾਈਸ ਮੌਕੇ ਦੇ ਘੱਟ ਹੋਵੇਗਾ ਮੌਕੇ ਦੇ ਡਿਸਕਾਊਂਟ ਕਰਨਗੇ ਵੀਰ ਸੁਜੋਕ ਮੇਰਾ ਵੀਰ ਜੀ ਖਰੀਦਣ ਦਾ ਚਾਹਵਾਨ ਹੈ ਮਾਲਕ ਵੀਰਾਂ ਨਾਲ ਫੋਨ ਤੇ ਕਨੈਕਟ ਕਰਕੇ ਰੇਟ ਵਗੈਰਾ ਆਪਣਾ ਸੈੱਟ ਕਰਕੇ ਜੀ ਤੁਸੀਂ ਖਰੀਦ ਸਕਦੇ ਹੋ ਸੋ ਨਾਲ ਹੀ ਵੀਰੇ ਜੀ ਖਰੀਦਣ ਵੇਲੇ ਪੇਪਰ ਵਗੈਰਾ ਜੀ ਦੇ ਜ਼ਰੂਰ ਵੈਰੀਫਾਈ ਕਰਿਆ ਕਰੋ ਸੋ ਵੀਰੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਆਂ ਛੇ ਚੀਜ਼ਾਂ ਇਸੇ ਲਈ ਆਪਣੇ ਕੋਲ ਪੰਜ ਗੱਡੀਆਂ ਨੇ ਵੀਰੇ ਇੱਕ ਟਰਾਲੀ ਐ ਗੱਡੇ ਦੇ ਵਿੱਚ ਆਪਣੇ ਕੋਲ ਮਰੂਤੀ 800 ਗੱਡੀ ਐ ਮਰੂਤੀ ਜੈਨ ਗੱਡੀ ਐ ਫੋਰਡ ਫਿਸਟਾ ਗੱਡੀ ਐ ਮਰੂਤੀ ਸਵਿਫਟ ਬੀਡੀਆਈ ਗੱਡੀ ਐ ਟੋਇਟਾ ਨੋਵਾ ਗੱਡੀ ਐ ਕ੍ਰਿਸਟਾ ਵਰਜਨ ਸੋ ਵੀਰੇ ਇਹ ਪੰਜ ਗੱਡੀਆਂ ਨੇ ਇੱਕ ਆਪਣੇ ਕੋਲ ਦੋ ਟਰਾਲੀਆਂ ਨੇ ਵੀਰੇ 14 ਫੁੱਟੀਆਂ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੱਗੇ ਆਂ ਮਰੂਤੀ 800 ਵੀਰੇ ਮਰੂਤੀ 800 ਵੀਰੇ 2001 ਮਾਡਲ ਗੱਡੀ ਐ ਵਧੀਆ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਗੱਡੀ ਦੇ ਜੋ ਟਾਇਰ ਨੇ 60 65 ਪੈਸੇ ਟਾਇਰ ਨੇ ਬੇਦਾਗ ਸਾਫ ਸੁਥਰੇ ਵਧੀਆ origignal ਟਾਇਰ ਨੇ ਬਾਕੀ ਓਕੇ ਕੰਡੀਸ਼ਨ ਐ ਇੰਜਨ ਗੇਅਰ ਦੀ ਗੱਡੀ ਬਿਲਕੁਲ ਓਕੇ ਐ ਵਧੀਆ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਐ ਵੀਰੇ ਕੋਈ ਡੈਮੇਜ ਵਗੈਰਾ ਨਹੀਂ ਕੋਈ ਐਕਸੀਡੈਂਟ ਨਹੀਂ ਬਾਡੀ ਲਾਈਨ ਦੀ ਸਾਫ ਸੁਥਰੀ ਐ ਹਲਕੇ ਭੁਲਕੇ ਮਾਈਨਰ ਸਕ੍ਰੈਚਸ ਨੇ ਬਾਕੀ ਕੋਈ ਮੇਜਰ ਐਕਸੀਡੈਂਟਡ ਵਗੈਰਾ ਨਹੀਂ ਕੋਈ ਕਿਧੋ ਗਲੀ ਸੜੀ ਨਹੀਂ ਗੱਡੀ ਬਿਲਕੁਲ ਓਕੇ ਕੰਡੀਸ਼ਨ ਵਧੀਆ ਸੀਟ ਕਵਰ ਵਗੈਰਾ ਲੱਗੇ ਹੋਏ ਨੇ ਮਿਊਜ਼ਿਕ ਸਿਸਟਮ ਵਗੈਰਾ ਬਿਲਕੁਲ ਓਕੇ ਹੈ ਬਾਕੀ ਵਧੀਆ ਮੈਟਿੰਗ ਹੋਈ ਹੈ ਇੰਟੀਰੀਅਰ ਵੀ ਸਾਫ਼ ਸੁਥਰਾ ਹੈ ਵੀਰੇ ਅੰਦਰੋਂ ਵੀ ਕੋਈ ਗੱਲੀ ਸੜੀ ਨਹੀਂ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਵਧੀਆ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਕੋਈ ਸਟਾਰਟਿੰਗ ਪ੍ਰੋਬਲਮ ਨਹੀਂ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਨਿਊ ਬੈਟਰੀ ਲੱਗੀ ਹੈ ਵੀਰੇ 2 ਸਾਲ ਦੀ ਵਾਰੰਟੀ ਦੇ ਨਾਲ ਬਾਕੀ ਪੰਜਾਬ ਨੰਬਰ ਹੈ ਪੇਪਰ ਕੰਪਲੀਟ ਨੇ ਏਰੀਆ ਵੀਰੇ ਨਵਾਂ ਸ਼ਹਿਰ ਏਰੀਆ ਵੀਰਾਂ ਦਾ ਉੱਥੇ ਵੀਰਾਂ ਕੋਲੇ ਗੱਡੀ ਹੈ ਗੱਡੀ ਦੀ ਡਿਮਾਂਡ ਰੱਖੀ ਗਈ ਹੈ 27000 ਰੁ ਬਾਕੀ ਮੌਕੇ ਦਾ ਡਿਸਕਾਊਂਟ ਹੋ ਜਾਏਗਾ ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਦੇਖ ਲਈ ਸਕਦੇ ਹੋ ਸੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਪੇਪਰ ਵਗੈਰਾ ਜ਼ਰੂਰ ਵੈਰੀਫਾਈ ਕਰੋ ਹਾਂਜੀ ਵੀਰੇ ਅੱਬਾ ਤੁਹਾਨੂੰ ਫੋਰਡ ਫਿਸਟਾ ਗੱਡੀ ਦਿਖਾ ਰਿਹਾ ਫੋਰਡ ਫਿਸਟਾ ਵੀਰੇ 2006 ਮਾਡਲ ਗੱਡੀ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਦੇ ਜੋ ਟਾਇਰ ਨੇ 70 75 ਪੈਸੇ ਟਾਇਰ ਨੇ ਬੇਦਾਗ ਸਾਫ ਸੁਥਰੇ ਵਧੀਆ オリジナル ਟਾਇਰ ਨੇ ਪ੍ਰਯੋਗਕੇ ਕੰਡੀਸ਼ਨ ਹੈ ਬਧਿਆਸਾ ਸਾਫਦਰਾ ਰੰਗ ਪੇਂਟ ਹੈ ਵੀਰੇ ਹਲਕੇ ਫੁਲਕੇ ਮਾਈਨਰ ਸਕਰਚਸ ਨੇ ਬਾਕੀ ਕੋਈ ਮੇਜਰ ਐਕਸੀਡੈਂਟ ਨਹੀਂ ਕੋਈ ਡੈਮੇਜ ਵਗੈਰਾ ਨਹੀਂ ਕੋਈ ਡੈਂਟ ਨਹੀਂ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਕਿੱਡੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਮੂਥ ਚੱਲਦੀ ਹੈ ਵੀਰੇ ਕੋਈ ਐਕਸਟਰਾ ਨੌਇਸ ਵਗੈਰਾ ਨਹੀਂ ਅੰਟੀਰੀਅਰ ਵਾਰੇ ਗੱਲ ਕਰੀਏ ਬਧਿਆ ਟਾਪ ਕਲਾਸ ਦੇ ਸੀਟ ਕਵਰ ਵਗੈਰਾ ਲੱਗੇ ਨੇ ਮੈਟਿੰਗ ਹੋਈ ਵੀ ਹੈ ਮਿਊਜ਼ਿਕ ਸਿਸਟਮ ਏਸੀ ਹੀਟਰ ਬਿਲਕੁਲ ਓਕੇ ਚੱਲਦਾ ਹੈ ਬਾਕੀ ਇੰਜਨ ਗੇ ਦਾ ਵੀਰੇ ਮੈਕੈਨਿਕਲ ਵਰਕ ਸਾਰਾ ਡਾਨਾ ਕੋਈ ਪੈਸਾ ਨਹੀਂ ਲੱਗਣ ਵਾਲਾ ਗੱਡੀ ਤੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਪੰਜਾਬ ਚ ਟਰਾਂਸਫਰ ਹੋਈ ਹੈ ਗੱਡੀ ਦਿੱਲੀ ਨੰਬਰ ਹੈ ਪੰਜਾਬ ਦੇ ਵਿੱਚ ਰਜਿਸਟਰਡ ਹੈ ਬਾਕੀ ਪੇਪਰ ਵਗੈਰਾ ਸਾਰੇ ਕੰਪਲੀਟ ਨੇ ਏਰੀਆ ਵੀਰੇ ਫਰੀਦਕੋਟ ਏਰੀਆ ਵੀਰਾਂ ਦਾ ਉੱਥੇ ਵੀਰਾਂ ਕੋਲੇ ਗੱਡੀ ਹੈ ਗੱਡੀ ਦੀ ਡਿਮਾਂਡ ਰੱਖੀ ਗਈ ਹੈ 68000 ਰੁਪਿਆ ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਏਗਾ ਡੀਜ਼ਲ ਵੇਰੀਐਂਟ ਗੱਡੀ ਹੈ ਵੀਰੇ ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਸੋ ਨਾਲੇ ਵੀਰੇ ਕਦੇ ਖਰੀਦਣ ਵੇਲੇ ਪੇਪਰ ਵਗੈਰਾ ਜਰੂਰ ਵੈਰੀਫਾਈ ਕਰੋ। ਹਾਂਜੀ ਵੀਰੇ ਆਪੇ ਤੁਹਾਨੂੰ ਟਰਾਲੀਆਂ ਦਿਖਾ ਰਿਹਾ ਹਾਂ। ਦੋ ਟਰਾਲੀਆਂ ਨੇ ਵੀਰੇ 14 ਫੁੱਟੀਆਂ ਦੋਨੋਂ ਟਰਾਲੀਆਂ ਨੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ। ਦੋਨੋਂ ਟਰਾਲੀਆਂ ਦੇ ਵਿੱਚ ਡਿਫਰੈਂਸ ਹੈ ਵੀਰੇ ਇੱਕ ਟਰਾਲੀ ਦੀ 8 ਨਾਟੀ ਹੱਬ ਹੈ, ਇੱਕ ਦੀ 10 ਨਾਟੀ ਹੱਬ ਹੈ। 8 ਨਾਟੀ ਹੱਬ ਵਾਲੀ ਟਰਾਲੀ ਦੇ ਵੀਰੇ ਰਿਮ ਨੇ ਜੋ ਉਹ ਵਾਈਟ ਕਲਰ ਦੇ ਨੇ ਤੇ 10 ਨਾਟੀ ਹੱਬ ਵਾਲੀ ਟਰਾਲੀ ਦੇ ਜੋ ਰਿਮ ਨੇ ਉਹ ਨੀਲੇ ਕਲਰ ਦੇ ਨੇ, ਬਲੂ ਕਲਰ ਦੇ ਵਿੱਚ। ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰਾਲੀਆਂ ਨੇ ਵੀਰੇ ਵਧੀਆ ਸਾਫ਼ ਸੁਥਰਾ ਰੰਗ ਪੇਂਟ ਹੋਇ ਫਰਸ਼ ਚਾਦਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਪੂਰੀ ਹੈਵੀ ਕੁਆਲਿਟੀ ਦਾ ਫਰਸ਼ ਚਾਦਰ ਲੱਗਿਆ ਹੋਇਆ ਹੈ ਕੋਈ ਕਮੀ ਪੇਸ਼ ਨਹੀਂ ਕੋਈ ਕਿਤੇ ਗਲੀਆਂ ਸੜੀਆਂ ਨਹੀਂ ਜਰਬ ਕਰਨ ਲੱਗੀ ਹੈਵੀ ਕੁਆਲਿਟੀ ਦੇ ਬੈੱਡ ਲੱਗੇ ਨੇ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਟਰਾਲੀਆਂ ਨੇ ਪ੍ਰਾਈਸ ਵੀਰੇ ਜੋ 8 ਨਾਟੀ ਹੱਬ ਵਾਲੀ ਟਰਾਲੀ ਹੈ ਉਸ ਦਾ ਪ੍ਰਾਈਸ ਰੱਖਿਆ ਗਿਆ 1,40,000 ਰੁਪਿਆ ਜੋ 10 ਨਾਟੀ ਹੱਬ ਵਾਲੀ ਟਰਾਲੀ ਹੈ ਉਸ ਦਾ ਪ੍ਰਾਈਸ ਰੱਖਿਆ ਗਿਆ 1,60,000 ਰੁਪਿਆ ਦੋਨੋਂ ਟਰਾਲੀਆਂ ਦੇ ਵਿੱਚ ਵੀਰੇ ਮੌਕੇ ਤੇ ਡਿਸਕਾਊਂਟ ਹੋ ਜਾਏਗਾ ਆਪਣੇ ਵੀਰ ਨੇ ਮੰਗੀ ਗੱਲ ਭੋਗਪੁਰ ਤੋਂ ਉਹਨਾਂ ਕੋਲੇ ਇਹ ਦੋਨੋਂ ਟਰਾਲੀਆਂ ਨੇ ਵੀਰੇ ਮੌਕੇ ਦੇ ਡਿਸਕਾਊਂਟ ਵਗੈਰਾ ਕਰਨਗੇ ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਬਧੇਰੇ ਜਾਣਕਾਰੀ ਲੈ ਕੇ ਟਰਾਲੀਆਂ ਤੁਸੀਂ ਖਰੀਦ ਸਕਦੇ ਹੋ ਸੋ ਨਾਲ ਹੀ ਵੀਰੇ ਇਹਨਾਂ ਕੋਲੇ ਹਰੇਕ ਪ੍ਰਕਾਰ ਦੇ ਟਰੈਕਟਰ ਟਰਾਲੀ ਤੇ ਨਾਲ ਹੀ ਖੇਤੀ ਰਿਲੇਟਡ ਸੰਦ ਵੀਰੇ ਹਰੇਕ ਪ੍ਰਕਾਰ ਦਾ ਸੰਦ ਇਹਨਾਂ ਕੋਲ ਤੇ ਟਰੈਕਟਰ ਟਰਾਲੀ ਵਗੈਰਾ ਇਹਨਾਂ ਕੋਲ ਅਵੇਲੇਬਲ ਹੁੰਦੇ ਨੇ ਕਮਿਸ਼ਨ ਬੇਸ ਤੇ ਕੰਮ ਹੈ ਵੀਰਾਂ ਦਾ ਇਸ ਨੰਬਰ ਤੇ ਕਨੈਕਟ ਕਰਕੇ ਬਧੇਰੇ ਜਾਣਕਾਰੀ ਲੈ ਕੇ ਤੁਸੀਂ ਹਰੇਕ ਪ੍ਰਕਾਰ ਦਾ ਸੰਦ ਇਹਨਾਂ ਤੋਂ ਖਰੀਦ ਸਕਦੇ ਹੋ ਥੈਂਕ ਯੂ ਵੀਰੇ ਹਾਂਜੀ ਵੀਰੇ ਅੱਬਾ ਤੁਹਾਨੂੰ ਮਰੂਤੀ ਸਵਿਫਟ ਗੱਡੀ ਦਿਖਾ ਰਿਹਾ ਹਾਂ ਮਰੂਤੀ ਸਵਿਫਟ ਵੀਰੇ 2014 ਮਾਡਲ ਗੱਡੀ ਹੈ ਦਸੰਬਰ 2014 ਚ ਆਈ ਵੀ ਹੈ ਵੀਰੇ 2015 ਚ ਗੱਡੀ ਰਜਿਸਟਰਡ ਹੋਈ ਵੀ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ ਗੱਡੀ ਦੇ ਜੋ ਟਾਇਰ ਨੇ 70 80 ਪੈਸੇ ਟਾਇਰ ਨੇ ਬੇਦਾਗ ਸਾਫ਼ ਜਿਹਰੇ ਵਧੀਆ origignal ਟਾਇਰ ਨੇ ABS ਵਰਜਨ ਹੈ ਵੀਰੇ ABS ਬ੍ਰੇਕਸ ਦੇ ਵਿੱਚ ਮਾਡਲ ਹੈ BDI ਵੇਰੀਐਂਟ ਹੈ ਗੱਡੀ ਡੀਜ਼ਲ ਵਰਜਨ ਦੇ ਵਿੱਚ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਵੀਰੇ 76000 ਕਿਲੋਮੀਟਰ ਗੱਡੀ ਚੱਲੀ ਵੀ ਹੈ origignal ਚੱਲੀ ਹੈ ਸੀਲਡ ਇੰਜਨ ਗੇਅਰ ਸਰਵਿਸ ਵਗੈਰਾ ਹੋਈ ਵੀ ਹੈ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਜੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਮੂਥ ਚੱਲਦੀ ਹੈ ਵੀਰੇ ਇੰਟੀਰੀਅਰ ਬਾਰੇ ਗੱਲ ਕਰੀਏ ਵਧੀਆ ਟੌਪ ਕਲਾਸ ਦੇ ਸੀਟ ਕਵਰ ਵਗੈਰਾ ਲੱਗੇ ਨੇ ਮੈਟਿੰਗ ਹੋਈ ਵੀ ਹੈ 뮤직 ਸਿਸਟਮ AC ਹੀਟਰ ਬਿਲਕੁਲ ਠੀਕ ਚੱਲਦਾ ਹੈ ਬਾਕੀ ਸਾਰੇ ਫੀਚਰਸ ਵਰਕਿੰਗ ਨੇ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਹੈ ਬੰਪਰ ਪੇਂਟ ਨਹੀਂ ਗੱਡੀ ਦੇ ਬਾਕੀ ਸਾਰਾ オリジナル ਰੰਗ ਪੇਂਟ ਹੈ ਵੀਰੇ ਕੋਈ ਐਕਸੀਡੈਂਟਡ ਵਗੈਰਾ ਨਹੀਂ ਕੋਈ ਡੈਮੇਜ ਵਗੈਰਾ ਨਹੀਂ ਬਾਡੀ ਲਾਈਨ ਦੀ ਗੱਡੀ ਸਾਫ ਸੁਥਰੀ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਹਰਿਆਣਾ ਨੰਬਰ ਹੈ ਵੀਰੇ ਐਨਓਸੀ ਵਗੈਰਾ ਵੀਰ ਕਟਵਾ ਕੇ ਦੇਣਗੇ ਬਾਕੀ ਪੇਪਰ ਵਗੈਰਾ ਓਵਰਆਲ ਸਾਰੇ ਕੰਪਲੀਟ ਨੇ ਏਰੀਆ ਵੀਰੇ ਮਾਨਸਾ ਏਰੀਆ ਵੀਰਾਂ ਦਾ ਮਾਨਸਾ ਜ਼ਿਲ੍ਹੇ ਦੇ ਵਿੱਚ ਗੱਡੀ ਹੈ ਗੱਡੀ ਦੀ ਡਿਮਾਂਡ ਰੱਖੀ ਗਈ ਹੈ 3,85,000 ਰੁਪਇਆ ਬਾਕੀ ਮੌਕੇ ਦਾ ਡਿਸਕਾਊਂਟ ਹੋ ਜਾਏਗਾ ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਦੇਖ ਲਈ ਸਕਦੇ ਹੋ ਸੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਪੇਪਰ ਵਗੈਰਾ ਜ਼ਰੂਰ ਵੈਰੀਫਾਈ ਕਰੋ ਹਾਂਜੀ ਵੀਰੇ ਆਪਾਂ ਤੁਹਾਨੂੰ ਮਰੂਤੀ ਜਿੰਨ ਗੱਡੀ ਦਿਖਾ ਰਹੇ ਹਾਂ ਮਰੂਤੀ ਜਿੰਨ ਐਲ ਐਕਸ ਵਰਜ਼ਨ ਹੈ ਵੀਰੇ 2003 ਮਾਡ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ ਗੱਡੀ ਦੇ ਜੋ ਟਾਇਰ ਨੇ ਚਾਰੋਂ ਟਾਇਰ ਬਿਲਕੁਲ ਨਵੇਂ ਨੇ ਬੇਦਾਗ ਸਾਫ ਸੁਥਰੇ ਵਧੀਆ オリジナル ਨਵੇਂ ਟਾਇਰ ਨੇ ਅਲੋਏ ਵੀ ਲੱਗੇ ਹੋਏ ਨੇ ਵਧੀਆ ਕੁਆਲਟੀ ਦੇ ਹੈਵੀ ਅਲੋਏ ਵੀ ਲੱਗੇ ਨੇ ਵੀਰੇ ਬਾਕੀ ਓਵਰਾਲ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ ਆਲ オリジナル ਗੱਡੀ ਹੈ ਵੀਰੇ ਬੰਪਰ ਤੋਂ ਬੰਪਰ ਸਾਰਾ オリジナル ਰੰਗ ਪੇਂਟ ਹੈ ਕੋਈ ਡੈਮੇਜ ਨਹੀਂ ਕੋਈ ਡੈਂਟ ਨਹੀਂ ਕੋਈ ਐਕਸੀਡੈਂਟ ਨਹੀਂ ਬੈਲ ਮੇਨਟੇਨਡ ਗੱਡੀ ਹੈ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਵੀਰੇ 74000 ਕਿਲੋਮੀਟਰ ਗੱਡੀ ਚੱਲੀ ਵੀ ਹੈ ओरिजिनल ਚੱਲੀ ਹੈ ਮਾਲਕੀ ਵੀਰੋਂ ਵੱਲੋਂ ਫੁੱਲ ਗਾਰੰਟੀ ਹੈ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਮੂਥ ਚੱਲਦੀ ਹੈ ਵੀਰੇ ਨਾਲ ਦੇ ਮਿਰਰ ਵਗੈਰਾ ਨੇ ਬਾਕੀ ਨੌਨ ਐਕਸੀਡੈਂਟਡ ਗੱਡੀ ਹੈ ਬੈਲ ਮੇਨਟੇਨਡ ਹੈ ਅੰਟੀਰੀਅਰ ਬਾਰੇ ਗੱਲ ਕਰੀਏ ਵਧੀਆ ਟੌਪ ਕਲਾਸ ਦੇ ਸੀਟ ਕਵਰ ਵਗੈਰਾ ਲੱਗੇ ਨੇ ਮੈਟੇਮ ਵਗੈਰਾ ਹੋਈ ਵੀ ਹੈ ਮਿਊਜ਼ਿਕ ਸਿਸਟਮ ਏਸੀ ਹੀਟਰ ਬਿਲਕੁਲ ਓਕੇ ਚੱਲਦਾ ਹੈ ਬਾਕੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ ਵੀਰੇ JVC ਦਾ amp ਤੇ music system ਲੱਗਿਆ ਹੋਇਆ ਵੀਰੇ ਪੂਰੀ ਹੈਵੀ ਕੁਆਲਿਟੀ ਦਾ ਬਾਕੀ ਫੁੱਲ ਇੰਸ਼ੋਰੈਂਸ ਹੈ ਗੱਡੀ 2021 ਤੱਕ ਸੈਂਟਰ ਲੌਕ ਹੈ ਵੀਰੇ ਰਿਮੋਟ ਕੰਟਰੋਲ ਦੇ ਨਾਲ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ ਬਾਕੀ ਓਵਰਆਲ ਕੰਡੀਸ਼ਨ ਬਿਲਕੁਲ ਓਕੇ ਹੈ ਪੰਜਾਬ ਨੰਬਰ ਹੈ ਪੇਪਰ ਕੰਪਲੀਟ ਨੇ ਏਰੀਆ ਵੀਰੇ ਮੋਗਾ ਏਰੀਆ ਵੀਰਾਂ ਦਾ ਉੱਥੇ ਵੀਰਾਂ ਕੋਲੇ ਗੱਡੀ ਹੈ ਗੱਡੀ ਦੀ ਡਿਮਾਂਡ ਰੱਖੀ ਗਈ ਹੈ 95000 ਰੁਪਿਆ ਬਾਕੀ ਮੌਕੇ ਦਾ ਡਿਸਕਾਊਂਟ ਹੋ ਜਾਏਗਾ ਨੰਬਰਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਦੇਖ ਲਈ ਸਕਦੇ ਹੋ ਸੋ ਨਾਲੀ ਵੀਰੇ ਗੱਡੀ ਖਰੀਦਣ ਵੇਲੇ ਪੇਪਰ ਵਗੈਰਾ ਜ਼ਰੂਰ ਵੈਰੀਫਾਈ ਕਰੋ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਟੋヨタ ਨੋਵਾ ਗੱਡੀ ਦਿਖਾ ਰਹੇ ਹਾਂ ਟੋヨタ ਨੋਵਾ ਵੀਰੇ ਕ੍ਰਿਸਟਾ ਵਰਜਨ ਹੈ 2.5 ਜੀ ਮਾਡਲ ਹੈ ਗੱਡੀ 2020 ਮਾਡਲ ਹੈ ਵੀਰੇ BS6 ਵਰਜਨ ਦੇ ਵਿੱਚ ਗੱਡੀ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਫਸਟ ਓਨਰ ਗੱਡੀ ਹੈ ਵੀਰੇ ਪਹਿਲੇ ਮਾਲਕ ਹੋਲ ਗੱਡੀ ਹੈ ਇੱਕਦਮ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਗੱਡੀ ਦੇ ਜੋ ਟਾਇਰ ਨੇ 85 90 ਪੈਸੇ ਟਾਇਰ ਨੇ ਬੇਦਾਗ ਸਾਫ ਸੁਥਰੇ ਵਧੀਆ オリジナル ਟਾਇਰ ਨੇ ਅਲਾਇ ਵੀ ਲੱਗੇ ਹੋਏ ਨੇ ਕੰਪਨੀ ਫਿਟਡ ਹੈ ਲਾਇਨ ਵੀਰੇ 15000 ਕਿਲੋਮੀਟਰ ਗੱਡੀ ਚੱਲੀ ਵੀ ਹੈ Ориਜినਲ ਚੱਲੀ ਹੈ ਸੀਲਡ ਇੰਜਨ ਗੇਅਰ ਹੈ ਸਰਵਿਸ ਵਗੈਰਾ ਹੋਈ ਵੀ ਹੈ ਗੱਡੀ ਦੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਵੀਰੇ ਏਜੰਸੀ ਰਿਕਾਰਡ ਹੈ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਦੇਖ ਸਕਦੇ ਹੋ ਇੱਕਦਮ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਬੰਪ ਟੂ ਬੰਪਰ ਸਾਰਾ Ориਜినਲ ਰੰਗ ਪੇਂਟ ਹੈ ਕੋਈ ਡੈਮੇਜ ਨਹੀਂ ਕੋਈ ਡੈਂਟ ਨਹੀਂ ਕੋਈ ਐਕਸੀਡੈਂਟ ਨਹੀਂ ਇੱਕਦਮ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਵੀਰੇ ਕਿਤੇ ਸਿੰਗਲ ਸਕ੍ਰੈਚ ਤੱਕ ਨਹੀਂ ਲੱਗਿਆ ਹੋਇਆ ਇੰਟੀਰੀਅਰ ਬਾਰੇ ਗੱਲ ਕਰੀਏ ਵਧੀਆ ਟੌਪ ਕਲਾਸ ਦਾ ਇੰਟੀਰੀਅਰ ਹੈ ਵੀਰੇ ਫੁੱਲੀ ਲੋਡਡ ਗੱਡੀ ਹੈ ਫੁੱਲੀ ਫੀਚਰ ਨੇ ਕੋਈ ਐਸੈਸਰੀ ਨਹੀਂ ਚੇਂਜ ਹੋਈ ਆਲ オリジナル ਪਾਰਟਸ ਨੇ ਗੱਡੀ ਦੇ ਇੱਕਦਮ ਸੀਲਡ ਗੱਡੀ ਹੈ ਏਰੀਆ ਵੀਰੇ ਲੁਧਿਆਣਾ ਏਰੀਆ ਵੀਰਾਂ ਦਾ ਫੁੱਲ ਇੰਸ਼ੋਰੈਂਸ ਵਗੈਰਾ ਗੱਡੀ ਦਾ ਬਾਕੀ ਕੰਪਨੀ ਰਿਕਾਰਡ ਹੈ ਕੋਈ ਕਮੀ ਪੇਸ਼ੀ ਨਹੀਂ ਲੁਧਿਆਣਾ ਏਰੀਆ ਦੇ ਵਿੱਚ ਗੱਡੀ ਹੈ ਵੀਰਾਂ ਕੋਲ ਗੱਡੀ ਦੀ ਡਿਮਾਂਡ ਰੱਖੀ ਗਈ ਹੈ 21,88,000 ਰੁਪਇਆ ਬਾਕੀ ਮੌਕੇ ਦਾ ਡਿਸਕਾਊਂਟ ਹੋ ਜਾਏਗਾ ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਦੇਖ ਲਈ ਸਕਦੇ ਹੋ ਤੁਨਾਲੀ ਬ੍ਰੇਗ ਅੱਡੀ ਖਰੀਦਣ ਵੇਲੇ ਪੇਪਰ ਵਗੈਰਾ ਜ਼ਰੂਰ ਵੈਰੀਫਾਈ ਕਰੋ। ਥੈਂਕ ਯੂ ਵੀਰੇ। ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਹਾਇਦ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀਰਾਂ ਨੂੰ ਰਿਕਵੈਸਟ ਹੈ ਵੀ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ। ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਜ਼ਰੂਰ ਕਰਨਾ ਵੀਰੇ ਤਾਂ ਜੋ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ। ਸੋ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਨਾਲ ਹੀ ਜੇ ਕੋਈ ਸਾਡੇ ਵੱਲੋਂ ਕਮੀ ਪਈ ਰਹਿੰਦੀ ਆ ਤਾਂ ਸਾਨੂੰ ਪਤਾ ਚੱਲ ਸਕੇ ਤੇ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਸੁਧਾਰ ਕਰਕੇ ਤੁਹਾਡੇ ਲਈ ਚੰਗੇ ਤੋਂ ਚੰਗੇ ਅਗਲੀ ਵੀਡੀਓ ਬਣਾ ਕੇ ਲੈ ਕੇ ਆ ਸਕੀਏ। ਸੋ ਉਮੀਦ ਕਰਦੇ ਹਾਂ ਵੀਰੇ ਜੁੜੇ ਰਹੋਗੇ ਇਸ ਤਰ੍ਹਾਂ ਆਪਣੇ ਚੈਨਲ ਦੇ ਨਾਲ। ਸੋ ਇੱਕ ਰਿਕੁਐਸਟ ਨੂੰ ਆਪਣੀ ਉਹ ਵੀਰਾਂ ਨੂੰ ਐ ਜੋ ਆਪ ਨੂੰ ਐਡ ਕਰਵਾਉਣ ਲਈ ਮਸ਼ੀਨਰੀ ਸੈਂਡ ਕਰਦੇ ਨੇ। ਸੋ ਪਲੀਜ਼ ਵੀਰੇ ਰਿਕੁਐਸਟ ਹੈ ਜੋ ਕੋਈ ਮੇਰਾ ਵੀਰ ਆਪ ਨੂੰ ਐਡ ਕਰਵਾਉਣ ਲਈ ਮਸ਼ੀਨਰੀ ਸੈਂਡ ਕਰਦਾ ਹੈ ਤਾਂ ਆਪਣੇ ਚੀਜ਼ ਦਾ ਜੋ ਰੇਟ ਹੈ ਉਹ ਮਾਰਕੀਟ ਵੈਲਿਊ ਵਾਲਾ ਰੱਖਿਆ ਕਰੋ। ਕਿਉਂਕਿ ਵੀਰੇ ਬਹੁਤ ਜ਼ਿਆਦਾ ਵੀਰ ਬਹੁਤ ਹਾਈ ਰੇਟ ਰੱਖ ਲੈਂਦੇ ਨੇ ਚੀਜ਼ਾਂ ਦੇ ਇਸ ਕਰਕੇ ਆਪਣੇ ਚੈਨਲ ਦੇ ਵੀ ਬ ਰੇਟ ਉਹੀ ਰੱਖੋ ਜਿਹੜਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਤੁਹਾਡੇ ਜੀ ਦਾ ਬੰਦ ਹੈ ਅਗਰ ਕਿਸੇ ਮੇਰੇ ਵੀਰ ਨੂੰ ਗ੍ਰੇਡ ਬਾਰੇ ਪ੍ਰੋਬਲਮ ਹੈ ਆਪਣੇ ਨਾਲ ਵਟਸਐਪ ਤੇ ਕਨੈਕਟ ਕਰਕੇ ਆਪਣੀ ਜੀ ਦਾ ਰੇਟ ਵਗੈਰਾ ਪਤਾ ਕਰਕੇ ਉਸਤੀ ਤੁਸੀਂ ਐਡ ਕਰਵਾ ਸਕਦੇ ਹੋ ਚੀਜ਼ ਬਾਰੇ ਜਾਣਕਾਰੀ ਉਹੀ ਦੇ ਕਰੋ ਵੀਰੇ ਜਿਹੜੀ ਸਹੀ ਜਾਣਕਾਰੀ ਬੰਦੀ ਹੈ ਫੇਕ ਜਾਣਕਾਰੀ ਦੇਣ ਤੋਂ ਬਚੋ ਕਈ ਮੇਰੇ ਵੀਰ ਐਕਸੀਡੈਂਟਲ ਗੱਡਿਆਂ ਨੂੰ ਰੀਪੇਂਟ ਗੱਡਿਆਂ ਨੂੰ ਦੁਬਾਰਾ ਟੱਚਿੰਗ ਵਾਲੀਆਂ ਗੱਡਿਆਂ ਨੂੰ origignal ਦਾ ਸਿਆਰ ਕਰਵਾ ਲੈਂਦੇ ਨੇ ਜਦੋਂ ਕੋਈ ਵੀਰ ਖਰੀਦਦੇ ਨੇ ਉਹਨਾਂ ਕੋਲ ਵਿਜ਼ਿਟ ਕਰਦਾ ਜਾਂਦਾ ਵੀਰੇ ਦੇਖਦਾ ਉਦੋਂ ਬਿਲਕੁਲ ਉਲਟ ਜਾਣਕਾਰੀ ਮਿਲਦੀ ਹੈ ਸੋ ਇਹਨਾਂ ਚੀਜ਼ਾਂ ਕਰਕੇ ਆਪਣੇ ਵੀਰਾਂ ਦਾ ਟਾਈਮ ਤੇ ਪੈਸਾ ਦੋਨੋਂ ਬੇਸਟ ਹੁੰਦੇ ਨੇ ਤੇ ਆਪਣੇ ਚੈਨਲ ਤੇ ਵੀ ਉਸ ਚੀਜ਼ ਦਾ ਬਰਾਬਰ ਪ੍ਰਭਾਵ ਪੈਂਦਾ ਹੈ ਸਹੀ ਜਾਣਕਾਰੀ ਦਿਓ ਸਹੀ ਰੇਟ ਰੱਖੋ ਫੋਨ ਨੰਬਰ ਵਗੈਰਾ ਉਹ ਦਿਓ ਜਿਹੜਾ ਤੁਸੀਂ ਰੈਗੂਲਰ ਯੂਜ਼ ਕਰਦੇ ਹੋ ਲੋਕੇਸ਼ਨ ਵਗੈਰਾ ਆਪਣੀ ਟ੍ਰੇਸੇਬਲ ਦੱਸੋ ਤਾਂ ਜੋ ਆਸਾਨੀ ਨਾਲ ਮੈਪ ਵਗੈਰਾ ਤੇ ਸਰਚ ਕਰਕੇ ਵੀਰ ਤੁਹਾਡੇ ਕੋਲ ਵਿਜ਼ਿਟ ਕਰਕੇ ਤੁਹਾਡੀ ਗੱਡੀ ਵੈਰੀਫਾਈ ਕਰਕੇ ਖਰੀਦ ਸਕਣ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਦੇ ਜਾ ਕਰੋ ਤਾਂ ਜੋ ਵੀਡੀਓ ਅੱਗੇ ਵੀ ਕਿਸਾਨ ਵੀਰਾਂ ਕੋਲੇ ਪਹੁੰਚਦੀ ਰਵੇ ਤੇ ਜੁੜੇ ਰਹੋ ਇਸ ਤਰ੍ਹਾਂ ਆਪਣੇ ਚੈਨਲ ਜੱਟਾਂ ਦੇ ਜਹਾਂ ਦੇ ਨਾਲ ਥੈਂਕ ਯੂ ਵੈਰੀ ਮੱਚ ਵੀਰੇ ਮਵੀਦ ਗਰਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ